ਜੀ ਸਰ ਭਾਜੀ ਬੋਲਦੇ ਰਸਤੇ ਚਲੇ ਭਗਵਾਨ ਦੇ ਨਾਲ ਮੈਡੀਕਲ ਕਰਵਾਉਣ ਵਾਸਤੇ ਆਇਆ ਸੀਗਾ, ਮੈਡੀਕਲ ਕਰਵਾ ਰਹੇ ਸੀਗੇ, ਉਹਨੂੰ ਸਡਨਲੀ ਉਹਨੂੰ ਪੈਸਾ ਆ ਗਿਆ ਅਤੇ ਡਾਕਟਰ ਨੇ ਬੜੀ ਬਿਲਕੁਲ ਦੱਸਿਆ, ਮੈਂ ਸਾਰਿਆਂ ਨੂੰ ਦੱਸ ਚੁੱਕੀ ਹਾਂ ਕਿ ਮੇਰਾ ਇੱਕ ਮੁਲਾਜ਼ਮ ਸੀਗਾ, ਮੇਰਾ ਜਵਾਨ ਸੀਗਾ, ਮੇਰੇ ਕੋਲ ਤੈਨਾਤ ਸੀਗਾ, ਚੌਂਕੀ ਬੱਸ ਸਟੈਂਡ ਵਿਖੇ ਤੈਨਾਤ ਸੀਗਾ, ਜਿਹੜਾ ਇੱਥੇ ਮੈਡੀਕਲ ਕਰਾਉਣ ਆਇਆ ਸਡਨਲੀ ਇਹਨੂੰ ਵੀ ਜਿਹੜਾ ਉਹ ਸਾਇਲੈਂਟ ਅਟੈਕ ਆ ਗਿਆ ਜੋ ਡਾਕਟਰ ਸਾਹਿਬ ਦੇ ਕਹਿਣ ਮੁਤਾਬਕ ਹੈ, ਅਤੇ ਅਸੀਂ ਉਹਨਾਂ ਨੇ ਬਿਨਾਂ ਟ੍ਰੀਟਮੈਂਟ ਕੀਤਾ ਉਹਦਾ ਸਾਰਾ ਪਲੱਸ ਪਲੁਸ ਕੀਤਾ ਕਿ ਕਿਸੇ ਤਰੀਕੇ ਨਾਲ ਬਚ ਸਕੇ, ਪਰ ਸਾਡੀ ਕਿਸਮਤ ਮਾੜੀ ਕਿ ਉਹ ਨਹੀਂ ਬਚ ਸਕੇ। ਕਿੰਨੀ ਉਮਰ ਦਾ ਜਵਾਨ ਸੀ ਆਪਣਾ ਜੀ? 52 ਸਾਲ ਕਰੀਬ। ਕੀ ਲੈਂਸ ਸੀ ਉਹਨਾਂ ਦਾ? ASI। ASI ਉਹਦੇ ਪਰਿਵਾਰ ਵਾਲੇ ਆ ਰਹੇ? ਬਿਲਕੁਲ ਆਉਣਗੇ ਜੀ, ਪਰਿਵਾਰ ਵਾਲੇ, ਅਸੀਂ ਵੀ ਪਰਿਵਾਰ ਆਉਂਦਾ ਜੀ, ਅਸੀਂ ਖੜੇ ਹਾਂ ਇੱਥੇ। ਅੱਜ ਕਿੱਥੋਂ ਦੇ ਰਹਿਣ ਵਾਲੇ ਸੀ ਵੈਸੇ? ਇਹ ਫਤਿਹਗੜ੍ਹ ਚੂੜੀਆਂ ਦੇ ਲਾਗੇ ਦੇ ਰਹਿਣ ਵਾਲੇ ਜੀ। ਅੱਛਾ, ਅਗਲੀ ਕਾਰਵਾਈ ਕੀ ਕੀਤੀ ਹੈ? ਕਾਰਵਾਈ ਦੇਖੋ, ਅਸੀਂ ਪੋਸਟਮਾਰਟਮ ਕਰਵਾਵਾਂਗੇ, ਸਾਡਾ ਡਿਊਟੀ ਦੇ ਜਵਾਨ ਸਾਡਾ ਗਿਆ ਆ, ਵਾਰ ਵਾਰ ਕਾਰਵਾਈ ਦੱਸੋ, ਸਾਨੂੰ ਪਤਾ ਹੀ ਜਿਹੜੀ ਚੱਲਦੀ ਉਹ ਕਰਾਵਾਂਗੇ।